बिस्मिल्लाहिर्रहमानिर्रहीम, अस्सलाम अलैकुम, सत श्री अकाल, आदाब दोस्तों। तुहाड़ा अपना वीर मित्र बेली नवीद सहर तुहाड़ी खिदमत च हाजिर है एक नवी वीडियो दे नाल। दोस्तों साडे चैनल की टीम पहुँच चुकी है अज विलेज बड़ा पिंड। ये बड़ा पिंड जिहड़ा विलेज है ये बहुत ही बड़े ना दे मालक शायर शिव कुमार बटालवी साहब का यह पिंड है, जमन भो है उन्हों का। तो असी साडी अज की वीडियो की मेहमान शख्सीयत ने चाचा लाल दीन। चाचा लाल दीन का जिहड़ा पुराना पिंड सी ओ चौलां वाला चक सी तहसील सांबा दे कोल, ते आओ फिर इन्हां नाल मुलाकात करने और इन्हां दी याद नूं असीं जरा सांझा करने। अस्सलाम वालेकुम, तुसीं की हाल जी? सनाओ, ठीक हो? अल्लाह दा करदा। सनाओ, सेहत कैसी है? ठीक है। ते की नाम है अपना? लाल दीन। लाल दीन। ते वाला साहब दा की नाम है? चिराग दीन। चिराग दीन। ते कोई दादे उहनां दा नाम याद है? हसैन बख्श। हाजी हसैन बख्श। हाजी हसैन बख्श। ते अज इत्थे असीं बैठे दे किहड़ा पिंड जी? इह बड़ा पिंड। बड़ा पिंड। ते इहदे आले दुआले किहड़े किहड़े पिंड जे? अस किहड़े पासे जजाल है, इधर जरपाल है, इधर पिंडी चनैनी है। अच्छा। इधर इधर एक नवे कोठे ने। नवे कोठे। एक इस पिंड दे दुआले दुआले चार पिंड ने। एक इधर है, एक इधर है, एक इधर है, एक इधर। अच्छा। ते किहड़ी तहसील लगदी जी इहनूं? इहनूं हां जी तहसील पहला शकरगढ़ी, अजकल नारोवाल है, जफरवाल। जफरवाल। ਤੇ ਜ਼ਿਲ੍ਹਾ ਫਿਰ ਆਟੋਮੈਟਿਕਲੀ ਨਰਵਾਲ ਹੋਏਗਾ? ਜ਼ਿਲ੍ਹਾ ਨਰਵਾਲ। ਠੀਕ ਹੋਗਾ। ਤੇ ਚਾਚੂ ਸਾਨੂੰ ਦੱਸੋ ਜ਼ਰਾ ਕਿ ਤੁਸੀਂ ਅੱਜ ਦੇ ਬਸ਼ਿੰਦੇ ਹੋ ਜਾਂ ਉਧਰੋਂ ਆਏ ਦੋ? ਅਸੀਂ ਰਿਆਸਤੀ ਮਹਾਜਨ। ਰਿਆਸਤੀ ਮਹਾਜਨ। ਤੇ ਉਧਰ ਸਾਨੂੰ ਦੱਸੋ ਕਿਹੜਾ ਪਿੰਡ ਸੀ ਆਪਣਾ? ਚੱਕ ਚੌਲਾਂ ਵਾਲਾ। ਚੱਕ ਚੌਲਾਂ ਵਾਲਾ। ਚੌਦਾਂ ਵਾਲਾ? ਚੌਲਾਂ ਵਾਲਾ, ਚੌਲਾਂ ਵਾਲਾ। ਚੱਕ ਚੌਲਾਂ ਵਾਲਾ। ਹਾਂਜੀ। ਯਾਨੀ ਕਿ ਚੌਲਾਂ ਵਾਲਾ ਦਾ ਚੱਕ ਤੋਂ ਮਸ਼ਹੂਰ ਹੀ ਹੈ? ਜੀ ਹਾਂਜੀ। ਅੱਛਾ। ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਜੇ? ਉਹਦੇ ਦੁਆਲੇ। ਜੀ 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 ਜੀ। ਉਹਦੇ ਦੁਆਲੇ ਉਹ ਹੁਣ ਅਸੀਂ ਪੂਰੇ ਇਲਾਕੇ ਦਾ ਇੱਕੋ ਹੀ ਨਾਂ ਸੀ, ਕੋਈ ਉਹਦੇ ਵਿੱਚ ਚਾਰ ਪੰਜ ਪਿੰਡ ਆਉਂਦੇ ਸਨ। ਉਹਨਾਂ ਪਿੰਡਾਂ ਦਾ ਨਾਂ ਲੈ ਲਓ। ਇੱਕ ਸੀ ਤਲੂਰ। ਠੀਕ ਆ। ਅਤੇ ਇੱਕ ਸੀ ਨਾਲਾ, ਨਾਲਾ ਖਵਾਉਂਦਾ ਸੀ ਉਹ। ਠੀਕ ਹੈ। ਨਾਲਾ। ਅਤੇ ਲਹਿੰਦੇ ਪਾਸੇ ਦਰਿਆ ਸੀ, ਇਹ ਡੇਕ ਜ਼ਫਰਵਾਲ ਜੀ। ਅੱਛਾ, ਇਹ ਡੇਕ ਉਧਰੋਂ ਆ ਰਹੀ ਹੈ? ਸਾਡੇ ਸਾਡੇ ਪਿੰਡ ਦੇ ਨਜ਼ਦੀਕ ਆਉਂਦੀ ਆਉਂਦੀ। ਉਧਰ ਇਹਨੂੰ ਇੰਡੀਆ 'ਚ ਇਹਨੂੰ ਬਸੈਂਤ ਰੱਖਦੇ ਨੇ? ਇਹਨੂੰ ਬਸੈਂਤ ਰੱਖਦੇ। ਠੀਕ ਹੈ। ਹਾਂਜੀ। ਅਤੇ ਤਹਿਸੀਲ ਤੁਹਾਡੀ ਕਿਹੜੀ ਸੀ? ਸਾਂਬਾ। ਅਤੇ ਜ਼ਿਲ੍ਹਾ? ਜੰਮੂ। ਜ਼ਿਲ੍ਹਾ ਜੰਮੂ। ਫਿਰ ਤੁਸੀਂ ਤਹਿਸੀਲ ਸਾਂਬਾ ਤਾਂ ਦੇਖੇ ਦਾ ਹੈਗਾ ਸ਼ਹਿਰ? ਹਾਂ, ਦੇਖੇ ਦਾ। ਠੀਕ ਹੋ ਗਿਆ। ਅਤੇ ਦੱਸੋ ਤਾਂ ਸਾਨੂੰ ਕਿ ਉਸ ਵਕਤ ਪਿੰਡ ਵਿੱਚ ਕਿੰਨੇ ਕੁ ਘਰ ਗੈਰ ਮੁਸਲਮਾਂ ਦੇ ਹਨ ਅਤੇ ਕਿੰਨੇ ਕੁ ਮੁਸਲਮਾਨਾਂ ਦੇ ਹਨ? ਸਾਡੀ ਆਬਾਦੀ ਬਿਰਲੀ ਸੀ, ਅਲੈਦਾ ਸਾਡੇ 14 ਘਰ ਮੁਸਲਮਾਨਾਂ ਦੇ ਸਨ ਇੱਕ ਜਗ੍ਹਾ। ਅੱਛਾ ਅੱਛਾ। ਬਾਕੀ ਗੁਜਰਾਂ ਦੇ ਨਿਖੜੇ ਪਿਖੜੇ ਘਰ ਸਨ, ਬਾਕੀ ਹਿੰਦੂ ਬਾਹਮਣ ਝੀਹੂਰ ਉਰਾ ਪਰਾ ਬਸ। ਜਿਹੜੇ ਗੈਰ ਮੁਸਲਮਾਨ ਉੱਥੇ ਕਿਸੇ ਦਾ ਨਾਂ ਯਾਦ ਆ ਕਿਸੇ ਦਾ? ਪਿੰਡ ਵਿੱਚ ਕੋਈ ਉੱਥੇ ਮੇਲਾ ਛੱਲਾ ਹੁੰਦਾ ਸੀ? ਮੇਲਾ ਸਾਡੇ ਨਾਲ ਇੱਕ ਮੰਦਿਰ ਸੀ ਹਿੰਦੂਆਂ ਦਾ। ਅੱਛਾ। ਉੱਥੇ ਹੁੰਦਾ ਸੀ ਮੰਦਿਰ ਤੇ ਘਰਾਂ ਦੇ ਨਾਲ ਸੀ। ਠੀਕ ਹੈ। ਕਿਹਦਾ ਮੰਦਿਰ ਕਹਿਲਾਉਂਦਾ ਸੀ ਉਹ ਮੰਦਿਰ? ਚੱਕ ਬਾਹਮਣਾਂ ਦੇ ਘਰ ਸਨ, ਉਹਨਾਂ ਦਾ ਮੰਦਿਰ ਸੀ। ਅੱਛਾ, ਉਹਨਾਂ ਦਾ ਮੰਦਿਰ ਸੀ। ਤੇ ਸਾਲ ਬਾਅਦ ਮੇਲਾ ਲੱਗਦਾ? ਸਾਲ ਬਾਅਦ। ਠੀਕ ਹੈ। ਤੇ ਕੋਈ ਇੱਥੇ ਕੁਸ਼ਤੀ ਵਗੈਰਾ? ਕਬੱਡੀ ਨਹੀਂ, ਕਬੱਡੀ ਹੁੰਦੀ, ਕੁਸ਼ਤੀ ਨਹੀਂ ਹੁੰਦੀ। ਅੱਛਾ। ਜਾਂ ਭੇਡੂ ਲੜਾਉਂਦੇ ਹੁੰਦੇ, ਜਿਹੜਾ ਸਾਡੇ ਰਿਵਾਜ਼ ਆ। ਭੇਡੂ ਜਿਹੜੇ ਭੇਡੂ ਹੁੰਦੇ? ਹਾਂ, ਭੇਡੂ ਜਿਹੜੇ ਹੁੰਦੇ ਆ। ਪਹਿਲੇ ਰਿਵਾਜ਼ ਹੁੰਦਾ ਸੀ? ਹਾਂ, ਟੱਕਰਾਂ ਮਾਰਦੇ। ਠੀਕ ਹੈ। ਤੇ ਦੱਸੋ ਤਾਂ ਸਾਨੂੰ ਕਿ ਪਿੰਡ ਵਿੱਚ ਲੰਬੜਦਾਰ ਕੌਣ ਸੀ ਉਸ ਟਾਈਮ? ਪਰਸ਼ਰਾਮ। ਪਰਸ਼ਰਾਮ। ਇਹ ਹਿੰਦੂ ਸਨ? ਇਧਰ ਵੀ ਹਿੰਦੂ, ਹਿੰਦੂ ਇਧਰ ਵੀ ਹਿੰਦੂ, ਇਧਰ ਝੀਹੂਰ, ਇਧਰ ਮਾਸ਼ੇ। ਮਸਜਿਦ ਹੈ ਸੀ ਕੋਈ ਪਿੰਡ 'ਚ? ਮਸਜਿਦ ਹੈ ਸੀ, ਨਵੀਂ ਬਣਵਾਈ ਵੀ ਹੈ ਸੀ। ਪੱਕੀ ਜਾਂ ਕੱਚੀ? ਕੱਚੀ। ਪੱਕੀ। ਪੱਕੀ। ਤੇ ਕੋਈ ਮੌਲਵੀ ਸਾਹਿਬ ਦਾ ਨਾਂ ਯਾਦ ਆ? ਮੇਰਾ ਤੇ ਉਹ ਸੀ, ਉਹਨਾਂ ਦਾ ਕੀ ਨਾਮ? ਬਜ਼ੁਰਗ ਤੁਹਾਡੇ ਵਾਲ ਸਾਹਿਬ? ਚਿਰਾਗਦੀਨ। ਚਿਰਾਗਦੀਨ। ਇਹ ਉੱਥੇ ਨਮਾਜ਼ ਪੜ੍ਹਾਉਂਦੇ ਰਹੇ? ਹਾਂਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਕਿੰਨੀ ਕੁ ਜ਼ਮੀਨ ਸੀ ਵਾਲ ਸਾਹਿਬ ਕੋਲ ਉੱਥੇ? ਸਾਡੇ ਕੋਲ ਜ਼ਮੀਨ ਥੋੜ੍ਹੀ ਸੀ, ਐਵੇਂ ਕੋਈ 2 ਕਿੱਲੇ ਜ਼ਮੀਨ ਸੀ। ਅੱਛਾ, 2 ਕਿੱਲੇ ਜ਼ਮੀਨ। ਹਾਂਜੀ। ਤੇ 2 ਕਿੱਲੇ ਨਾਲ ਗੁਜ਼ਾਰਾ ਹੋ ਜਾਂਦਾ ਸੀ? ਆਹੋ, ਬਾਕੀ ਹੋਰ ਕਾਰੋਬਾਰ ਕਰਦੇ, ਮਾਲ ਡੰਗਰ ਰੱਖੇ, ਬੱਚੇ ਦੇ ਊਟ ਰੱਖੇ ਦੇ, ਬੱਕਰੀਆਂ ਰੱਖੀ ਦੀਆਂ, ਮੱਝਾਂ ਰੱਖੀ ਦੀਆਂ। ਠੀਕ ਹੈ। ਬਾਕੀ ਉਹ ਉਹਨਾਂ ਦੀ ਕਜਾ ਸੀ ਕੋਈ ਮਤਲਬ 40-50-60 ਘਰ ਸਨ ਜਿਹਨਾਂ ਦੀ ਉਹ ਇਮਾਮਤ ਕਰਾਉਂਦਾ ਰਿਹਾ। ਅੱਛਾ ਅੱਛਾ। ਉਹ ਸਕੂਲ ਵਗੈਰਾ ਵੀ ਸੀ ਪਿੰਡ 'ਚ ਕੋਈ? ਸਕੂਲ ਸਾਡੀ ਉਸ ਤੋਂ ਪਹਿਲਾਂ ਸੀ, ਮੇਰਾ ਵੱਡਾ ਭਰਾ ਉੱਥੇ ਹੀ ਪੜ੍ਹਦਾ ਸੀ ਅਤੇ ਉਹ ਟੁੱਟ ਗਿਆ ਸੀ।
खत्म हो गया सी। खत्म इस तरह होया पे अगो बच्चे नहीं किसी ने भेजे ते 5वीं तक बच्चे पढ़ाए खत्म हो गया सी। अच्छा ते दसो सानू कि उस वक्त जदों तुसीं इधर आए हो ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ ਇੱਕ ਇੰਡੀਆ ਬਣ ਗਿਆ ਇੱਥੋਂ ਅਸੀਂ ਚੁੜ ਜਾਣਾ ਹੁਣ? ਬਸ ਉਹ ਲੋਕ ਗੱਲਾਂ ਕਰਦੇ ਸਨ ਸਾਡੇ ਬਣ ਗਈਆਂ ਸੰਘ ਪਾਰਟੀ ਉਹ ਮੁਸਲਮਾਨਾਂ ਨੂੰ ਮਾਰਨ ਵਾਸਤੇ ਉਹ ਪਤਾ ਚੱਲ ਗਿਆ ਵੀ ਜੇ ਲੋ ਬਾਹਰ ਨਿਕਲੇ ਨਾ ਤੇ ਲੋਕੀ ਬਸ ਆਸੇ ਪਾਸੇ ਹੋ ਗਏ ਰਾਤੋ ਰਾਤ ਨਸਿਆ ਕੋਈ ਦਿਨੇ ਦਿਨੇ ਆ ਕੋਈ ਕਈਆਂ ਨੂੰ ਹੁਣ ਲੰਘਾ ਵੀ ਛੱਡਿਆ ਇੱਥੋਂ ਬੈਰੇ ਦਿਨ ਉੱਤੋਂ ਲੰਘੇ ਹਾਂ ਅਸੀਂ ਜੰਗੂ ਚੱਕੋ। ਅੱਛਾ ਪਿੰਡ 'ਚ ਕੋਈ ਦੁਕਾਨ ਵਗੈਰਾ ਸੀ? ਹਾਂ ਦੁਕਾਨ ਚਾਚੇ ਮੇਰੇ ਦੀ। ਉਹਨਾਂ ਦਾ ਕੀ ਨਾਮ ਸੀ ਬਜ਼ੁਰਗਾਂ ਦਾ? ਨਿਜ਼ਾਮਦੀਨ। ਨਿਜ਼ਾਮਦੀਨ ਕਿ ਨਿਜ਼ਾਮਦੀਨ ਦੀ ਦੁਕਾਨ ਸੀ ਉਸ ਟਾਈਮ ਤੇ ਪਾਣੀ ਪੀਣ ਵਾਸਤੇ ਕਿੱਥੋਂ ਹਾਸਲ ਕਰਦੇ ਰਹੇ ਹੋ? ਦਰਿਆ ਦੇ ਕਿਨਾਰੇ ਖੂਹ ਸਨ। ਅੱਛਾ ਤੇ ਉਹ ਕੋਰਜੂ ਪਾਣੀ ਸੀ ਦਰਿਆ ਦਾ ਖੂਹਾਂ ਦਾ ਪਾਣੀ ਪੀਂਦੇ ਰਹੇ? ਹਾਂ ਖੂਹਾਂ ਦਾ ਪਾਣੀ। ਤੇ ਜ਼ਮੀਨਾਂ ਨੂੰ ਵੀ ਇੱਦਾਂ ਹੀ ਪਾਣੀ ਲਗਾਉਂਦੇ ਰਹੇ? ਨਹੀਂ ਨਹੀਂ ਉਹ ਜ਼ਮੀਨ ਵਾਲਾ ਨਹੀਂ ਸੀ ਉਹ ਪੀਣ ਵਾਲਾ ਹੀ ਸੀ ਇਸ ਵਾਸਤੇ ਬੇਟੀ ਜ਼ਮੀਨਾਂ ਨੂੰ ਤੇ ਲੱਗਦਾ ਨਾ ਢੱਗੇ ਜੋ ਉਹ ਇਹ ਵਾ ਉਹ ਨਹੀਂ ਸੀ। ਹਾਂਜੀ ਇਹ ਹੱਥ ਨਾਲ ਕੱਢਦੇ ਰਹੇ ਨੇ? ਹਾਂ ਲੱਜ ਪਾ ਕੇ ਨਾ ਤੇ ਖਿੱਚ ਲੈ। ਇਹਦੀ ਛੋਟੀ ਖੂਹ ਹੁੰਦੀ ਹੈ? ਹਾਂ ਵੱਡੇ ਵੱਡੇ ਵੀ ਆ ਸਨ ਜਿੱਥੇ 100-100 ਫੁੱਟ ਤੇ ਜਾ ਕੇ ਪਾਣੀ ਮਿਲਿਆ ਸਾਡੇ ਨਜ਼ਦੀਕ ਸੀ। ਅੱਛਾ ਇਸ ਵਾਰ ਜਿਸ ਤਰ੍ਹਾਂ ਇੱਕ ਆਲੂ ਹੁੰਦੀ ਹੈ ਕਿ ਫਲਾਣੀ ਦੀ ਖੂਹ ਆ ਫਲਾਣੇ ਦਾ ਖੂਹ ਹੈ? ਹਾਂ ਉਹ ਹੈ ਸਾਡੇ ਇੱਕ ਸੁਨਾਵਾਂ ਦਾ ਖੂਹ ਸੀ। ਠੀਕ ਹੈ ਤੇ ਇੱਕ ਬਾਹਮਣਾ ਦਾ ਖੂਹ ਸੀ। ਠੀਕ ਹੈ ਤੇ ਇੱਕ ਹੋਰ ਸਨ ਉਹਨਾਂ ਦਾ ਖੂਹ ਸੀ। ਅੱਛਾ ਇਸ ਤਰ੍ਹਾਂ ਹੁੰਦਾ। ਪਿੰਡ ਵਿੱਚ ਬਾਗ ਕਿੰਨੇ ਕੁ ਸਨ? ਬਾਗ ਸਾਡੇ ਅੰਬ ਦੇ ਬਹੁਤ ਸੀ ਲੇਕਿਨ ਖੇੜੇ ਬੇੜੇ ਦੇ ਸਨ ਕੋਈ ਇੱਥੇ ਬੂਟਾ ਕੋਈ ਉੱਥੇ ਬੂਟਾ ਇੱਥੇ ਪੈਲੀਆਂ ਦੇ ਬੰਨੇ ਬੰਨੇ ਬਾਗ ਨਹੀਂ ਸੀ ਕੋਈ। ਬਾਗ ਕਿਸੇ ਦਾ ਪ੍ਰੋਪਰ ਨਹੀਂ ਸੀ? ਪ੍ਰੋਪਰ ਬਾਗ ਨਹੀਂ ਸੀ। ਠੀਕ ਹੋ ਗਿਆ। ਉਹ ਅੰਬ ਬੜਾ ਸੀ। ਅੰਬ ਬੜਾ ਸੀ ਉਹ ਕਿਹਦੇ ਅੰਬ ਕਹਿੰਦੇ ਹਨ? ਉਹ ਹਿੰਦੂਆਂ ਦੇ। ਹਿੰਦੂਆਂ ਦੇ ਜਿਹੜੇ ਮੁਸਲਮਾਨਾਂ ਦੀਆਂ ਪੈਲੀਆਂ ਉਹਦੇ ਵਿੱਚ ਜਿਹੜੇ ਉਹਨਾਂ ਦੇ ਖਵਾਉਂਦੇ ਸਨ। ਰਹਿਣ ਸਹਿਣ ਕਿਸ ਤਰ੍ਹਾਂ ਸੀ ਉਹਨਾਂ ਨਾਲ? ਰਹਿਣ ਸਹਿਣ ਬਹੁਤ ਅੱਛਾ ਸੀ। ਇੱਕ ਦੂਸਰੇ ਦੀ ਖੁਸ਼ੀ ਗਮੀ ਚ ਵੀ ਸ਼ਾਮਿਲ ਹੁੰਦੇ ਸੀ? ਸਾਡਾ ਬੰਦਾ ਕੋਈ ਮਰ ਜਾਂਦਾ ਤੇ ਉਹ ਜਨਾਜ਼ੇ 'ਚ ਸ਼ਾਮਿਲ ਤੇ ਨਹੀਂ ਹੁੰਦੇ, ਆਗੇ ਸਾਈਡ ਤੇ ਬਹਿ ਜਾਣਾ। ਉਹਨਾਂ ਦਾ ਮਰ ਜਾਣਾ ਤੇ ਸਾਡੇ ਬੰਦੇ ਲੱਕੜੀਆਂ ਮੋਢੇ ਤੇ ਰੱਖਣੀਆਂ ਤੇ ਉਹ ਚਿਹਾ ਕਰਦੇ ਸਨ ਬਾਲਦੇ ਸਨ ਫੂਕਦੇ ਸਨ। ਯਾਨੀ ਕਿ ਅਹਿਸਾਸ ਦਿਲਾਉਣਾ ਕਿ ਤੁਹਾਡੇ ਦੁੱਖ ਵਿੱਚ ਅਸੀਂ ਬਰਾਬਰ ਦੇ ਸ਼ਰੀਕ। ਬਿਲਕੁਲ ਬਿਲਕੁਲ। ਬਰਤਨ ਵਿਆਹ ਸ਼ਾਦੀਆਂ ਦੇ ਬਰਤਨ ਵੀ ਆਏ ਸਨ। ਅੱਛਾ ਮਕਾਨ ਬਣਾਉਣੇ ਤੇ ਉਹਨਾਂ ਨੂੰ ਵੀ ਬੁਲਾ ਲੈਣਾ ਸਾਡੇ ਭਰਤੀਆਂ ਭੁਰਤੀਆਂ ਪਾਉਂਦੇ ਸਨ। ਅੱਛਾ ਅੱਛਾ ਅੰਕਲ ਜੀ ਸਾਨੂੰ ਦੱਸੋ ਜ਼ਰਾ ਕਿ ਉਸ ਉੱਧਰ ਉਸ ਵਕਤ ਕਿਹੜੀ ਕਿਹੜੀ ਫਸਲ ਹੁੰਦੀ? ਮੱਕੀ ਹੁੰਦੀ ਸੀ। ਅੱਛਾ ਬਾਜਰਾ ਕਣਕ ਕਣਕ ਵੀ ਹੁੰਦੀ? ਹਾਂਜੀ। ਤੇ ਕਿੰਨੀਆਂ ਕੁ ਭਰੀਆਂ ਨਿਕਲਾਉਂਦੀਆਂ ਕਿੱਲੇ ਦੀਆਂ? ਕਿੱਲੇ ਦੀਆਂ ਸਾਡੇ ਕੋਈ 100-150 ਭਰੀ ਨਿਕਲਦੀ ਨਿਕਲਾਉਂਦੀ? ਹਾਂਜੀ। ਅੱਛਾ ਤੇ ਅੱਜ ਕੱਲ੍ਹ ਅਸੀਂ ਥ੍ਰੈਸ਼ਰ 'ਤੇ ਕੁੱਤਰ ਰਹੇ ਹਾਂ, ਤੁਸੀਂ ਕੀ ਕਰਦੇ ਰਹੇ ਹੋ? ਅਸੀਂ ਉਹ ਗਾਹ ਕਰਦੇ ਹਾਂ ਢੱਗੇ ਪਿੱਛੇ ਬਾਗ ਪਿੱਛੇ ਕੇ ਹੁੰਦਾ ਸੀ ਫਲਾਂ ਬਣਾਏ ਦਾ ਪਾਏ ਦਾ ਢੱਗੇ ਢੱਗੇ ਲਾਉਂਦੇ। ਅੱਛਾ ਤੇ ਬਾਲਾ ਸਾਹਿਬ ਨੇ ਕੋਈ ਜੋਗ ਰੱਖੀ ਦੀ? ਨਹੀਂ ਅਸਾਂ ਨਹੀਂ ਸੀ ਬਾਈ ਨਹੀਂ ਰੱਖੀ ਦੀ। ਥੋੜ੍ਹੀ ਜ਼ਮੀਨ ਦੱਸਦੇ ਹੋ ਤੁਸੀਂ? ਹਾਂ ਥੋੜ੍ਹੀ ਜ਼ਮੀਨ। ਠੀਕ ਹੋ ਗਿਆ। ਤੇ ਪਿੰਡ ਵਿੱਚ ਕੋਈ ਡਾਕਟਰ ਆਇਆ ਸੀ ਕੋਈ ਹਕੀਮ ਕੋਈ? ਨਾ ਸੁਨਿਆਰਾ ਇੱਕ ਆਇਆ ਸੀ। ਅੱਛਾ ਸੁਨਿਆਰਾ ਵੀ ਇਹਦੇ ਨਾਲ ਹੀ ਹਕੀਮ ਦੀ ਹਕਮਤ ਵੀ ਕਰਦਾ ਸੀ? ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਜਸੇ ਰਾਮ ਸੁਨਿਆਰਾ। ਜਸੇ ਰਾਮ ਹਿੰਦੂ ਸੀ? ਹੈ ਹਿੰਦੂ ਸੀ। ਠੀਕ ਹੋ ਗਿਆ। ਤੇ ਦੱਸੋ ਦਾ ਸਾਨੂੰ ਕਿ ਜਦੋਂ ਇੱਧਰ ਆਏ ਹੋ ਤੁਸੀਂ ਕਿੰਨੇ ਕੁ ਦਿਨਾਂ 'ਚ ਇੱਥੇ ਪਹੁੰਚੇ ਹੋ? ਇੱਥੇ ਅਸੀਂ ਜੀ ਸ਼ਾਮ ਵੇਲੇ ਸਾਡੇ 'ਤੇ ਗੋਲੀ ਚੱਲੀ ਹੈ। ਸ਼ਾਮ ਵੇਲੇ ਯਾਨੀ ਕਿ ਸੁਬਹਾ? ਨਹੀਂ ਅਸਰ ਦੀ ਨਾਲ। ਅੱਛਾ ਅੱਛਾ। ਅਤੇ ਅਸੀਂ ਦਿਨ ਚੜ੍ਹਦੇ ਨੂੰ ਨਾ ਮਤਲਬ ਬੈਰਕ ਰੋਡ ਪਹੁੰਚ ਗਏ। ਜ਼ਮੀਨ ਲਾਟ ਹੋਈ? ਕਿੰਨੀ ਕੁ ਜ਼ਮੀਨ ਲਾਟ ਹੋਈ? ਜ਼ਮੀਨ ਮੇਰੇ ਕੋਲ 8 ਕਿੱਲੇ ਤਕਸੀਮ ਹੋ ਗਈ ਹੈ 4-4 ਕਿੱਲੇ। ਠੀਕ ਹੈ ਭਾਈ ਸੀ ਅੱਛਾ। ਅੰਕਲ ਜੀ ਫਿਰ ਤੁਹਾਡੀ ਸ਼ਾਦੀ ਜਿਹੜੀ ਆ ਉਹ ਕਦੋਂ ਹੋਈ ਸੀ, ਕਿਹੜੇ ਸਾਲ 'ਚ ਹੋਈ? ਮੇਰੀ ਸ਼ਾਦੀ ਹੋਈ ਹੈ ਜੀ 1953 ਉਸ ਟਾਈਮ ਵੀ ਇਹ ਮੰਦਰ ਆਬਾਦ ਸੀ? ਬਿਲਕੁਲ ਆਬਾਦ ਉਹਦੇ ਚਲੇ ਗਏ ਸਨ ਆਬਾਦ ਕਰਨ ਵਾਲੇ, ਇਸੇ ਤਰ੍ਹਾਂ ਪਿਆ ਸੀ। ਇਸੇ ਤਰ੍ਹਾਂ ਪਿਆ ਸੀ, ਇੱਥੇ ਕੋਈ ਵੀ ਨਹੀਂ ਰਿਹਾ। ਇੱਥੇ ਕੁਰਸੀ ਉਠਾ ਕੇ ਲੈ ਕੇ ਜਾ, ਜਿਸਲੇ ਅਸੀਂ ਆਇਆ ਇੱਥੇ ਕੋਈ ਨਹੀਂ ਸੀ ਰਹਿੰਦਾ। ਤੇ ਅਸੀਂ ਤੁਹਾਡੇ ਵੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਅਜੇ ਤੱਕ ਇਹ ਨਿਸ਼ਾਨੀ ਜਿਹੜੀ ਹੈ ਇਹਨੂੰ ਮਹਫੂਜ਼ ਰੱਖੇ ਦਾ, ਇਹਨੂੰ ਢਾਇਆ ਨਹੀਂ ਗਰਾਇਆ ਨਹੀਂ ਤੁਸੀਂ, ਤੇ ਅੱਲਾਹ ਤਾਲਾ ਤੁਹਾਨੂੰ ਇਹਦਾ ਸਿਲਾ ਦੇਗਾ। ਤੇ ਮਸਜਿਦ ਨਾਲ ਮੰਦਰ ਢਾਉਣ ਨਾਲ ਦੂਸਰਿਆਂ ਦਾ ਦਿਲ ਟੁੱਟਦਾ, ਅੱਲਾਹ ਪਾਕ ਨੇ ਤੁਹਾਨੂੰ ਇਹ ਲੈ ਜਾਓ ਉੱਧਰ।
एक काम करने तो भी बात रखे बहुत शुक्रिया। अच्छा भाई जान ये जेडे मंदिर के अंदर असि अंदर खड़े हाँ ये दसो मैं थोड़ा कि तुम थोड़े को गवर्नमेंट वगैरह आके चेक कर दी ये महकमा काफ दे अंडर है। अच्छा वैसे छोटे होंगे भी पता बजुर्गों को भी असि सुने बकायदा ए किराया साढ़े को वसूल हों। अच्छा और नाल पिछे कमरे ने साधुआ के कमरे सन नाल सराय भी इस्तेमाल होंगी सी बल्कि इस गली तो थोड़े अगे जाओ तो बल्कि यह मोहल्ला सराय आली गली सराय आली गली खुआंदा सी। इस तो अगे एक मकान बहुत बड़ा सी वह सराय सी। अच्छा मौजूद रहे खत्म हो गया नहीं वो मतलब पहले जेडे है सन बजुर्ग ओ ते ओदू ठीक रहा उस तो बाद भरा सन तीन चार उन्होंने फिर डिवाइड होया उन्होंने फिर अपनी मर्जी नाल ढाक दोबारा बनाए। ठीक है इस वक्त तकरीबन किन्ना किराया तुसीं दे रहे हो इस मंदिर दा सालाना? सालाना मेरे को 15-20 रुपए ही है ज्यादा नहीं है। अच्छा यानी कि ज्यादा नहीं है जरा सरकारी सिलसिला जिस तरह उसे तरह महकमा औकाफ के अंडर है असि ढा भी नहीं सकते इस। ठीक है नहीं जी अभी कोशिश करा अं तुम रिक्वेस्ट करा तुम ढाओ भी ना क्योंकि ये ढान न किसी का दिल ना टूटे किसी भी मजहब का जी। बाकी इस मंदिर तो बहर जगह सी इतने खूह सी बहुत बड़ा। अच्छा टूटिया सन ठीक लोग जेडे इतने आंदे सन इस मतलब हिंदू लोग जेडे आंदे सन अकीदत रखते सन अकीदत रखते सन जेडे इतने बात करते बकायदा उत्थे आके नहांदे सन नहा के फिर अगे आंदे सन। अच्छा अच्छा जबरदस्त उन्होंने तो जी एक अकीदा सी उन्होंने जी जिस तरह साडा एक मस्जिद उन्होंने मंदिर बिलकुल ठीक हो गया। अच्छा पुराना पिंड दादा थोड़ा किन्ना दरमान तो किन्नी दूर सी? 25 मील तकरीबन 25 मील। हां जी अपना जरा उस वक्त का सौदा पता ही जरा शादियां ब्याह का वो कितों लेंदे रहे ओ असि सांबे लेंदे रहे इस सूत्र लैन इत्थे आंदे आ सूत्र लैन आंदे रहे बड़ा सूत्र हुंदा ना ओ खाजे जी खाजे यानी कि मार्केट सी उस वक्त सूत्र दी। हां जी ठीक हो गया माल अंबरसरों आंदा है इत्थे कदे तुहानू मौका मिलिया बाबा चंब लाल दा दरबार देखण दा? नहीं मैं नहीं उधर नहीं गए कदे। जम्मू शहर का मौका मिला देखने का? जम्मू शहर देखेगा कितने बार गए हो? जम्मू नहीं एको बार गया। जम्मू किसा सुने बड़ा खूबसूरत शहर है जम्मू? बिल्कुल पहाड़ी दे उते फर्स्ट क्लास शहर है सोना। अच्छा ना कोई चिक्कड़ ना गारा बदल बरदा पानी हो गया शहर साफ। फ्रूट केड़ा ज्यादा उत्थे हुंदा? फ्रूट हुंदा है सेब खरमानी बाकी मालदा मूलदा बहुत घट अंब हुंदा सी अंब हुंदा सी। अच्छा उत्थे कश्मीर च भी अंब हुंदा? जम्मू कश्मीर च नहीं हुंदा अंब ए ठंडे मुल्क दा नहीं गर्म मुल्क दा जेहड़ा अंब है ना ए गर्म मुल्क बिच हुंदा ठंडे च हुंदा है सेब अखरोट जे एहो जे फल हुंदे। उस वक्त पैसे केड़े चलदे हन? पैसे चलदे सी आने दुआनियां चवानियां ते रुपया दुकान तू बच्चे टॉफिया वगैरा खांदे ने तुसी की खांदे रहे? उसलै है नहीं टॉफिया की लैंदे रहे दुकान तो बच्चा नु कख नहीं मिलदा बस घर दा सौदा लैंदे लोकी बच्चा नु दे छड़े किते मिश्री हुंदी एक एदी खंड दी बनाई दी ओ गे दे छड़नी या कोई छुहारा फड़ा छड़िया या कोई एहो जी चीज ए जेड़े ना हुन अल्लाह दे बुलादे नहीं।